ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਸੀਬੀਡੀ ਵਿੱਚ ਅੱਜ ਸਵੇਰੇ ਇੱਕ ਹੋਟਲ ਦੇ ਬਾਹਰ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ 21 ਸਾਲਾ ਵਿਅਕਤੀ ਤੇ ਹਮਲਾ ਹੋਣ ਮਗਰੋਂ ਸਵੇਰੇ 5 ਵਜੇ ਦੇ ਬਾਅਦ ਮਾਰਕੀਟ ਸਟਰੀਟ ਹੋਟਲ ਦੇ ਉਕਸ ਵਿੱਚ ਬੁਲਾਇਆ ਗਿਆ ਸੀ। ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਅਪਰਾਧੀ ਫਰਾਰ ਹੋ ਚੁੱਕਾ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪੁਲਿਸ ਜਾਂਚ ਦੇ ਮੁੱਢਲੇ ਪੜਾਅ ਉੱਤੇ ਹੈ। इस गल की जांच की जा रही है कि जख्मी व्यक्ति और हमलावर एक दूजे को जानते हैं या नहीं। पुलिस ने इस घटना बारे लोगों को जानकारी की अपील की है। ब्यूरो रिपोर्ट, आवाज़ कॉम टीवी।